ਨਗਰੀ ਤਾਂ ਇੱਥੇ ਕਿੱਥੇ ਆ ਨੇੜੇ ਤੇੜੇ ਬਠਿੰਡਾ ਰੇਲਵੇ ਸਟੇਸ਼ਨ ਪਹੁੰਚ ਗਏ। ਬਾਰਡਰ ਤੇ ਪਹੁੰਚ ਗਏ ਭਾਈ, ਉਹਨੂੰ ਖਾਣ ਲੱਗੇ ਨੇ ਸਵੇਰ ਦੀ ਰੋਟੀ, ਕਰ ਲਏ ਬਸ ਮੈਂ ਵੀ ਸੌਂਫ ਖੜੀ ਆ, ਉਹ ਦੇਖ ਬਾਹਰ ਸੌਂਫ, ਸੌਂਫ ਦੀ ਖੇਤੀ ਦੇਖਦੀ ਆ ਵੱਡੇ ਜਾ ਕੇ। ਤੈਨੂੰ ਕਹਿ ਤੇਜ਼ ਕਰ ਲਓ ਪੂਰਾ, ਹੈ ਦੀਪੇ ਤੇਜ਼ ਕਰ ਲਓ ਪੂਰਾ, ਪਹਿਲੇ 12 ਘੰਟੇ ਲੇਟ ਚੱਲਦੀ ਹੈ। ਹਿੱਲੇ ਵੀ ਅੰਕਲ ਰੇਲਵੇ ਸਟੇਸ਼ਨ ਅਹਿਮਦਾਬਾਦ ਐਂਟਰੀ, ਆਹ ਕਹਿੰਦਾ ਜੀ ਦੀਪੇ ਤੁਹਾਨੂੰ ਬਾਈ ਦਰਿਆ ਨਾਲ ਕੰਮ ਚੱਲਦਾ। ਅਹਿਮਦਾਬਾਦ ਦੀ ਖਤਰਨਾਕ ਟ੍ਰੈਫਿਕ ਲਓ ਜੀ, ਬਾਬੇ ਦੀ ਕਿਰਪਾ ਨਾਲ ਆਪਾਂ ਮਸ਼ੀਨ ਕੋਲ ਪਹੁੰਚ ਗਏ। ਹੁਣ ਦੇਖ ਸਕਦੇ ਹੋ ਅੰਕਲ ਹੁਣੀ ਤਰਪਾਲਾਂ ਲਾਉਣ ਲੱਗ ਗਏ ਆਪਾਂ, ਹੁਣ ਇਹਦਾ ਥਰੈਸਰ ਚੇਂਜ ਕਰਨ ਵਾਲਾ, ਥਰੈਸਰ ਚੇਂਜ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਮਿਲਦੇ ਹਾਂ। ਅਜੇ ਸਾਡੇ ਬੈਗ ਆ, ਹਜੇ ਅਸੀਂ ਹੁਣੀ ਪਹੁੰਚਿਆ, ਦੇਖੋ ਬੈਗ ਕੋਲੇ ਪਏ ਨੇ ਆਪਣੇ, ਕੱਢ ਜੀ ਚੱਲ ਕੋਈ ਨਹੀਂ ਫਿਰ ਕਿਹੜੀ ਗੱਲ। ਅਤੇ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਅੱਜ ਦੀ ਵੀਡੀਓ ਆਪਾਂ ਇੱਥੇ ਤੱਕ ਰੱਖਦੇ ਹਾਂ। ਅਤੇ ਉਹ ਖੜੀ ਆਪਣੀ, ਆਪਾਂ ਆਪਣੇ ਟਿਕਾਣੇ 'ਤੇ ਪਹੁੰਚ ਗਏ, ਅਤੇ ਆਪਣੀ ਰਾਣੀ ਉਹ ਖੜੀ ਆ ਸਾਹਮਣੇ ਸਵਰਾਜ, ਅਤੇ ਇੱਕ ਪਾਸੇ ਕਣਕ ਦੀ ਵਾਢੀ ਤਿਆਰੀ ਹੈ, ਲਗਭਗ 10 ਦਿਨਾਂ ਬਾਅਦ ਕੰਮ ਚੱਲੂ ਕਿਉਂਕਿ ਹਜੇ ਨਰਮਾ ਕੰਮ, ਇਸ ਕਰਕੇ ਬਾਕੀ ਆਪਾਂ ਹਜੇ ਮਸ਼ੀਨ ਦੀ ਰਿਪੇਅਰ ਵੀ ਕਰਨੀ ਆ, ਰਿਪੇਅਰ ਆ ਗਿਆ ਥਰੈਸਰ ਇਕੱਲਾ ਚੇਂਜ ਕਰਨਾ, ਬਾਕੀ ਤਾਂ ਲਗਭਗ ਓਕੇ ਹੈ ਤਾਂ ਸਾਰਾ ਕੁਛ ਠੀਕ ਹੈ ਜੀ। ਚਲੋ ਠੀਕ ਹੈ ਜੀ, ਅਤੇ ਲਓ ਜੀ ਹੁਣ ਆਪਾਂ ਮੂੰਹ ਹੱਥ ਧੋ ਲਈਏ, ਫਿਰ ਉਸ ਤੋਂ ਬਾਅਦ ਆਪਾਂ ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਆ। ਅਤੇ ਆਹ ਵੀ ਆਪਾਂ ਹੁਣ ਕਣਕ ਦਾ ਪਲਾਟ ਵੱਢਣਾ,
ਤੇ ਪਹਿਲਾਂ ਰਿਪੇਅਰ ਕਰਕੇ ਫਿਰ ਉਸ ਤੋਂ ਬਾਅਦ ਮੂਰਤ ਕਰਾਂਗੇ ਮਸ਼ੀਨ ਦਾ।